ਸਾਰੀਆਂ ਗੱਡੀਆਂ ਨੂੰ ਜਾਲੀਆਂ ਲੱਗੀਆਂ, ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ। ਧੰਨਵਾਦ ਅਫਸਰ ਆ ਗਿਆ ਤੇ ਚੰਗਾ ਆ ਗਿਆ। ਓ ਭਰਾ ਜੀ ਮੈਂ ਵੀ ਅਫਸਰ ਨੇ ਲੱਗਾ ਵਾ, ਆਹੋ ਮੈਂ CIA ਸਟਾਫ ਇਹਨੇ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾੜੋਗੇ ਮੇਰੀਆਂ। ਕਮਾਲ ਹੋਈ ਬਈ ਯਾਰ, ਮੈਂ ਲਾਉਣੀ ਆ ਜਾਲੀਆਂ, ਤੇ ਲਾਉਣੀ ਆ ਜੋਰ ਆ ਤੇ ਲਵਾੜੇ ਮੈਂ ਲਵਾਉਣੀਆਂ ਜਾਲੀਆਂ ਲਾਓ ਫਿਰ ਤੇ ਲਾਉਣੀਆਂ। ਸਾਡੇ ਕਮਰਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬਹਿਸਦਾ ਨਜ਼ਰ ਆ ਰਿਹਾ, ਇਸ ਸੰਬੰਧੀ ਮੁੱਢਲੀ ਪੜਤਾਲ ਕੀਤੀ ਗਈ। ਇਹ ਘਟਨਾ 16 ਅਗਸਤ ਦੀ ਹੈ, ਜਿਸਦੇ ਵਿੱਚ ਕਾਂਸਟੇਬਲ ਸੁਖ ਕਰਮਾ ਜੋ ਕਿ ਅੰਮ੍ਰਿਤਸਰ ਦੇ ਪੁਲਿਸ ਦੇ ਵਿੱਚ ਤਾਇਨਾਤ ਹੈ, ਵੱਲੋਂ ਨਾਰੀ ਸ਼ਬਦਾਵਲੀ ਅਤੇ ਬਹਿਸਬਾਜ਼ੀ ਕੀਤੀ ਗਈ ਹੈ। ਫੌਰੀ ਤੌਰ 'ਤੇ ਸੁਲਾਜ਼ਮ ਨੂੰ ਸਸਪੈਂਡ ਕਰਕੇ ਇਸਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਭਵਿੱਖ 'ਚ ਵੀ ਕਿਸੇ ਵੀ ਵੱਲੋਂ ਜੋ ਕਿ ਡਿਸਿਪਲਿਨ ਫੋਰਸਿਸ ਦੇ ਵਿੱਚ ਹੈ ਅਤੇ ਅਨੁਸ਼ਾਸਨ ਨੂੰ ਭੰਗ ਕੀਤਾ ਜਾਂਦਾ, ਇਸਨੂੰ ਇਸਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਹੋ ਮੈਂ CIA ਸਟਾਫ ਇਹਨੇ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾੜੋਗੇ ਮੇਰੀਆਂ। ਯਾਰ ਮੈਂ ਲਾਉਣੀ ਆ ਜਾਣੀਆਂ ਲਾਉਣੀਆਂ ਜੋਰ ਆ ਤੇ ਲਵਾੜੇ ਮੈਂ ਲਵਾਉਣੀਆਂ ਲਾਣੀਆਂ ਲਾਓ ਫਿਰ ਨਹੀਂ ਲਾਉਣੀਆਂ। ਆ ਜੈਟ ਬਲੈਕ ਵੀ ਹੋਈ ਕੋਈ ਨਹੀਂ ਚੱਕਰ ਲਾ ਲਾ ਮੈਂ ਤਾਂ ਮੈਂ ਤੇ 60 ਪਈ ਮੇਰੇ ਤੇ ਪਵਾ ਦੇ ਬਾ ਠੀਕ ਪਵਾ ਦੇ ਕਾਟ ਪਈ ਆ ਮੁਲਾਜ਼ਮ ਐ ਤੇ ਜਾਣੀਆਂ ਲੱਗ ਤੇਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਜੀ ਕੀ ਕਰੇ ਮੈਨੂੰ ਤੇ ਮੈਂ ਲਾਉਣੀ ਆ ਮੈਂ ਲਾਉਣੀ ਮੈਨੂੰ ਕੀ ਕਹਿਤਾ ਐਵੇਂ ਤੂੰ ਰੁਕ ਜਾਂਦਾ ਮੈਨੂੰ ਕੀ ਕਹਿਤਾ ਰੁਕਣਾ ਨਹੀਂ ਹੈ ਜਾਣੀਆਂ ਕੋਈ ਨਹੀਂ ਯਾਰ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮੁਲਾਜ਼ਮ ਐ ਯਾਰ ਮੈਂ ਕੀ ਕੰਮ ਨੂੰ ਲਾਈਆਂ ਹੋਣੀਆਂ ਫਿਰ ਤੈਨੂੰ ਕਿਹਾ ਕੀ ਕਿਹਾ ਕੀ ਰੋਣ ਜਾਣ ਕੇ ਪੈਸੇ ਮੈਂ ਦੇ ਦਿਆਂ ਕਿਹਾ ਕੀ ਫਿਰ ਤੇ ਐਵੇਂ ਬਚੀ ਜਾਂਦਾ ਤੂੰ ਉਦੋਂ ਵੀ ਲਾਈਆਂ ਸੀ ਆ ਇਸ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤੈਨੂੰ ਤੂੰ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰੋ ਭਰਾ ਮੇਰੇ ਨਾ ਜੁੜਨਾ ਭਾਜੀ ਸਾਈਡ ਤੇ ਕਰਨਾ ਮੈਂ ਚੈੱਕ ਕਰਦਾ ਵੀ ਚੈੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਦੱਸੋ ਚਾਰ ਕੁਇੰਟਲ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ।
ਤੂੰ ਆਪਣੀ ਜਗ੍ਹਾ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਜੇ ਮੈਨੂੰ ਲੱਗੂ ਮੈਂ ਲੜੂੰਗਾ ਤੇ ਮੈਂ ਵੀ ਥਾਣੇ ਕੱਟੇ ਆ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਮੈਂ ਨਹੀਂ ਲੱਗਦਾ ਹੋਈ ਨਾ ਮੈਂ ਲਾਉਣੀ ਆ ਜਾਂ ਜਿਹੜੀ ਇਨਫੋਰਮੇਸ਼ਨ ਮਿਲਦੀ ਉਹ ਅਸੀਂ ਆਪਣੀ ਡਿਊਟੀ ਕਰਾਂਗੇ ਤੁਹਾਨੂੰ ਕੋਈ ਥੋੜੇ ਕਰੂਗਾ ਇਹ ਕਿਹੜੀ ਡਿਊਟੀ ਤੂੰ ਕਰਨਾ ਆ ਤਾਂ ਮੈਂ ਕਰਾਉਣ ਦਿਆਂ ਜਾਲੀ ਲਾਉਂ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੱਗਾ ਰਹੇ ਤੇ ਬੈਠਾ ਰਹੇ ਨਹੀਂ ਸਦਨਾ ਕੋਈ ਨਹੀਂ ਮੈਨੂੰ ਆ ਕੇ ਕਰੂੰਗੀ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਕਾਢੇ ਸਾਡੇ ਸਾਨ ਕਾਢੇ ਤੁਸੀਂ ਜੂਰੀ ਕਾਢੇ ਬਕਵਾਸ ਥੋੜੀ ਜੀ ਕੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਡਿਪਟੀ ਸਾਹਿਬ ਨਾਲ ਲੜਾ ਬੂਣ ਜਿਨਾ ਲੜਾਉਣਾ ਨਹੀਂ ਵਡਾ ਇਹ ਕਿ ਮੈਂ ਬਕਵਾਸ ਵਾਲੀ ਕੀ ਗੱਲ ਕਰਦੇ ਆ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕੀ ਇਹਨੂੰ ਸਾਨ ਬਕਵਾਸ ਵਾਲੀ ਕਿਹੜੀ ਗੱਲ ਸਾਨ ਕਾਢੇ ਇਹ ਜੂਰੀ ਆਪਣੀ ਕਾਢੇ ਮੈਂ ਸਾਨ ਕਾਢੇ ਮੈਂ ਮਹਿਕਮੇ ਸਾਨ ਕਾਢੇ ਮੈਂ ਮਹਿਕਮੇ ਸਾਹਿਬ ਕਾਢੇ ਸਾਹਿਬ ਨਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹੜਾ ਫੋਨ ਲਾਉਣਾ ਲਾਓ ਤੁਸੀਂ ਹੈਲੋ ਲਾਓ ਡਿਪਟੀ ਸਾਹਿਬ ਨੂੰ ਫੋਨ ਲਾਓ ਹੈਲੋ ਹਾਂਜੀ ਸਰ ਕੋਈ ਚੱਕਰ ਨੀ ਵੀਡੀਓ ਬਣੀ ਮੇਰੀ ਗੱਲ ਕਰਾਈ ਬਣਾਈ ਜਾਂਦੇ ਇੱਕ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰਨਾ ਪਹਿਲਾਂ ਬੋਲੂਗੀ ਤੇ ਜੱਜ ਸੱਜਣਾ ਮੈਨੂੰ ਕਹਿੰਦਾ ਤੂੰ ਉਧਰ ਵੀ ਨੋਵਾ ਦੀ ਜਾਲੀਆਂ ਨਹੀਂ ਲਾ ਸਾਈਡ ਤੇ ਨਾਲੇ ਤਮਾਸ਼ਾ ਲਾਇਆ ਵਾ ਤੂੰ ਮੁਲਾਜ਼ਮ ਹੋ ਕੇ ਠੀਕ ਆ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਕਿੰਨੀ ਇੱਜ਼ਤ ਦਿੰਦਾ ਤੁਸੀਂ ਕਿੰਨੀ ਇੱਜ਼ਤ ਦਿੰਦੇ ਅਗਲੇ ਨੂੰ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਹਾਂ ਠੀਕ ਆ ਇਹਦਾ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK-47 ਰੱਖੀ ਆ ਆਪਾਂ ਇੱਥੇ ਜੁਰਮ ਕਰਾਂਗੇ।